ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਦੋਸਤੋ, ਅੱਜ ਮੈਂ ਤੁਹਾਡੇ ਲਈ ਇੱਕ ਇਹੋ ਜਿਹੇ ਸਟਾਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਹਾਂ ਜਿਨ੍ਹਾਂ ਨੂੰ ਐਕਟਿੰਗ ਵਿਰਾਸਤ ਦੇ ਵਿੱਚ ਮਿਲੀ ਹੈ। ਜੀ ਹਾਂ ਦੋਸਤੋ, ਮੈਂ ਗੱਲ ਕਰ ਰਿਹਾ ਹਾਂ ਵੈੱਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਦੇ ਜਸਪ੍ਰੀਤ ਸਿੰਘ ਰੰਧਾਵਾ, ਜਾਣੀ ਕਿ ਪੁਖਰਾਜ ਭੱਲਾ ਦੀ। ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਪੁਖਰਾਜ ਭੱਲਾ ਬਾਰੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕਰਾਂਗਾ ਅਤੇ ਤੁਹਾਨੂੰ ਦੱਸਾਂਗੇ ਪੁਖਰਾਜ ਭੱਲਾ ਬਾਰੇ ਕੁਝ ਦਿਲਚਸਪ ਗੱਲਾਂ। ਇਸ ਲਈ ਪੁਖਰਾਜ ਭੱਲਾ ਅਤੇ ਯਾਰ ਜਿਗਰੀ ਕਸੂਤੀ ਡਿਗਰੀ ਨੂੰ ਪਸੰਦ ਕਰਨ ਵਾਲੇ ਉਹਨਾਂ ਦੇ ਸਾਰੇ ਫੈਨਸ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਜਲਦੀ ਜਲਦੀ ਲਾਈਕ ਅਤੇ ਸ਼ੇਅਰ ਕਰ ਦਵੋ। ਸੋ ਤੁਹਾਡਾ ਹੋਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ, ਪੁਖਰਾਜ ਭੱਲਾ ਦਾ ਜਨਮ 20 ਨਵੰਬਰ ਸੰਨ 1994 ਨੂੰ ਪੰਜਾਬੀ ਫਿਲਮਾਂ ਦੇ ਕੇਂਦਰ ਬਿੰਦੂ ਜਸਵਿੰਦਰ ਭੱਲਾ ਅਤੇ ਮਾਤਾ ਪਰਮਦੀਪ ਕੌਰ ਦੇ ਘਰ ਹੋਇਆ। ਪੁਖਰਾਜ ਭੱਲਾ ਦੀ ਫੈਮਿਲੀ ਦੇ ਵਿੱਚ ਮਾਤਾ ਪਿਤਾ ਤੋਂ ਇਲਾਵਾ ਉਹਨਾਂ ਦੀ ਇੱਕ ਵੱਡੀ ਸਿਸਟਰ ਅਰਸ਼ਪ੍ਰੀਤ ਕੌਰ ਵੀ ਹੈ। ਅਤੇ ਜੇਕਰ ਗੱਲ ਕਰੀਏ ਪੁਖਰਾਜ ਭੱਲਾ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਤਾਂ ਉਹਨਾਂ ਨੇ ਆਪਣੀ ਸਕੂਲਿੰਗ ਗੁਰੂ ਨਾਨਕ ਦੇਵ ਸਕੂਲ ਲੁਧਿਆਣਾ ਤੋਂ ਕੰਪਲੀਟ ਕੀਤੀ ਅਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫਿਲਮ ਮੇਕਿੰਗ ਐਂਡ ਪ੍ਰੋਡਕਸ਼ਨ ਦੇ ਵਿੱਚ ਬੀਟੈਕ ਕੀਤੀ। ਅਤੇ ਦੋਸਤੋ, ਹੁਣ ਗੱਲ ਕਰਦੇ ਹਾਂ ਪੁਖਰਾਜ ਭੱਲਾ ਦੇ ਐਕਟਿੰਗ ਦੇ ਕਰੀਅਰ ਬਾਰੇ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੁਖਰਾਜ ਭੱਲਾ ਦੇ ਪਿਤਾ ਜਸਵਿੰਦਰ ਭੱਲਾ ਜੀ ਨੂੰ ਪੰਜਾਬੀ ਫਿਲਮ ਇੰਡਸਟਰੀ ਦੀ ਬੈਕਬੋਨ ਵੀ ਮੰਨਿਆ ਜਾਂਦਾ ਹੈ ਅਤੇ ਪੁਖਰਾਜ ਭੱਲਾ ਨੂੰ ਬਚਪਨ ਤੋਂ ਹੀ ਆਪਣੇ ਘਰ ਦੇ ਵਿੱਚ ਇੱਕ ਆਰਟਿਸਟ ਫਰੈਂਡਲੀ ਮਾਹੌਲ ਮਿਲਿਆ, ਜਿਸ ਕਰਕੇ ਪੁਖਰਾਜ ਨੇ ਆਪਣੇ ਪਿਤਾ ਨੂੰ ਦੇਖ ਦੇਖ ਕੇ ਬਚਪਨ ਦੇ ਵਿੱਚ ਹੀ ਸੋਚ ਲਿਆ ਸੀ ਕਿ ਉਹ ਵੀ ਵੱਡੇ ਹੋ ਕੇ ਇਸੇ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਇੱਕ ਨਾਮ ਬਣਾਉਣਗੇ। ਅਤੇ ਸੰਨ 2013 ਦੇ ਵਿੱਚ ਸਿਰਫ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਫਿਲਮ ਸਟੂਪਿਡ 7 ਰਾਹੀਂ ਆਪਣੇ ਫਿਲਮ ਕਰੀਅਰ ਦੀ ਸਟਾਰਟਿੰਗ ਕੀਤੀ ਅਤੇ ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਇਸ ਤੋਂ ਬਾਅਦ ਪੁਖਰਾਜ ਨੇ ਕਾਫੀ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਵੇਂ ਕਿ ਰੋਂਦੇ ਸਾਰੇ ਵਿਆਹ ਪਿੱਛੋਂ, ਵਿਸਾਖੀ ਲਿਸਟ, ਗੋਲਕ ਬੁਗਣੀ ਬੈਂਕ ਅਤੇ ਬਟੂਆ, ਹਰਜੀਤਾ ਅਤੇ ਅਫਸਰ। ਇਹਨਾਂ ਸਾਰੀਆਂ ਫਿਲਮਾਂ ਦੇ ਵਿੱਚ ਪੁਖਰਾਜ ਭੱਲਾ ਦੇ ਕੰਮ ਦੀ ਬਹੁਤ ਜ਼ਿਆਦਾ ਤਾਰੀਫ ਹੋਈ ਅਤੇ ਹੁਣੇ ਪਿੱਛੇ ਜਿਹੀ ਟ੍ਰੋਲ ਪੰਜਾਬੀ ਯੂਟਿਊਬ ਚੈਨਲ 'ਤੇ ਸ਼ੁਰੂ ਹੋਈ ਵੈੱਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਦੇ ਵਿੱਚ ਵੀ ਪੁਖਰਾਜ ਭੱਲਾ ਇੱਕ ਦਮਦਾਰ ਰੋਲ ਦੇ ਵਿੱਚ ਹਨ। ਇਸ ਵੈੱਬ ਸੀਰੀਜ਼ ਦੇ ਹੁਣ ਤੱਕ 5 ਐਪੀਸੋਡ ਆ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਅਤੇ ਇਹਨਾਂ ਐਪੀਸੋਡਸ ਦੇ ਕੁਝ ਹੀ ਦਿਨਾਂ ਦੇ ਵਿੱਚ ਮਿਲੀਅਨ ਵਿਊਜ਼ ਹੋ ਗਏ। ਜਦੋਂ ਇਹ ਵੈੱਬ ਸੀਰੀਜ਼ ਸ਼ੁਰੂ ਹੋਈ ਉਸ ਸਮੇਂ ਟ੍ਰੋਲ ਪੰਜਾਬੀ ਯੂਟਿਊਬ ਚੈਨਲ 'ਤੇ ਬਹੁਤ ਥੋੜ੍ਹੇ ਜਿਹੇ ਸਬਸਕ੍ਰਾਈਬਰ ਸਨ, ਪਰ ਇਸ ਵੈੱਬ ਸੀਰੀਜ਼ ਨੂੰ ਲੋਕਾਂ ਵੱਲੋਂ ਇੰਨਾ ਜ਼ਿਆਦਾ ਪਸੰਦ ਕੀਤਾ ਗਿਆ ਕਿ ਕੁਝ ਹੀ ਦਿਨਾਂ ਦੇ ਵਿੱਚ ਟ੍ਰੋਲ ਪੰਜਾਬੀ ਦੇ ਸਬਸਕ੍ਰਾਈਬਰਸ ਦੀ ਗਿਣਤੀ 1.6 ਮਿਲੀਅਨ ਤੱਕ ਪਹੁੰਚ ਗਈ ਅਤੇ ਇਹ ਚੈਨਲ ਵਰਲਡ ਦੇ ਫਾਸਟੈਸਟ ਗਰੋਇੰਗ ਯੂਟਿਊਬ ਚੈਨਲ ਦੀ ਲਿਸਟ ਦੇ ਵਿੱਚ ਸ਼ਾਮਲ ਹੋ ਗਿਆ। ਇਸ ਵੈੱਬ ਸੀਰੀਜ਼ ਨੇ ਪੁਖਰਾਜ ਭੱਲਾ ਦੇ ਕਰੀਅਰ ਨੂੰ ਵੀ ਇੱਕ ਨਵੀਂ ਉਡਾਨ ਦਿੱਤੀ ਅਤੇ ਬਹੁਤ ਜਲਦ ਪੁਖਰਾਜ ਭੱਲਾ ਇੱਕ ਵੱਡੀ ਪੰਜਾਬੀ ਫਿਲਮ ਦੇ ਲੀਡ ਰੋਲ ਦੇ ਵਿੱਚ ਨਜ਼ਰ ਆਉਣਗੇ। ਜੇਕਰ ਪੁਖਰਾਜ ਭੱਲਾ ਦੇ ਮੈਰੀਟਲ ਸਟੇਟਸ ਦੀ ਗੱਲ ਕਰੀਏ ਤਾਂ ਹਾਲੇ ਤੱਕ ਉਹ ਅਨਮੈਰਿਡ ਹਨ ਅਤੇ ਇਸ ਸਮੇਂ ਉਹਨਾਂ ਦਾ ਪੂਰਾ ਧਿਆਨ ਆਪਣੇ ਕਰੀਅਰ 'ਤੇ ਹੈ। ਸੋ ਦੋਸਤੋ, ਇਹ ਸੀ ਪੁਖਰਾਜ ਭੱਲਾ ਦੀ ਲਾਈਫ 'ਤੇ ਇੱਕ ਝਾਤ। ਤੁਹਾਨੂੰ ਪੁਖਰਾਜ ਭੱਲਾ ਦੁਆਰਾ ਕੀਤੀ ਗਈ ਕਿਹੜੀ ਫਿਲਮ ਜ਼ਿਆਦਾ ਪਸੰਦ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਯਾਰ ਜਿਗਰੀ ਕਸੂਤੀ ਡਿਗਰੀ ਤੁਹਾਨੂੰ ਕਿਵੇਂ ਲੱਗਾ ਇਸ ਬਾਰੇ ਵੀ ਜ਼ਰੂਰ ਕਮੈਂਟ ਕਰਨਾ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਕਿਸੇ ਫੇਵਰੇਟ ਸਟਾਰ ਦੀ ਬਾਇਓਗ੍ਰਾਫੀ ਬਾਰੇ ਜਾਣਨ ਦੇ ਲਈ ਵੀ ਤੁਸੀਂ ਸਾਨੂੰ ਆਪਣੀ ਫਰਮਾਇਸ਼ ਕਮੈਂਟ ਕਰਕੇ ਦੱਸ ਸਕਦੇ ਹੋ। ਸੋ ਦੋਸਤੋ, ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਹਰ ਅਪਡੇਟ ਨੂੰ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਅਨਲਿਮਿਟਡ ਗਿਆਨ ਅਤੇ ਨਾਲ ਵਾਲੀ ਨੋਟੀਫਿਕੇਸ਼ਨ ਬੈੱਲ ਵੀ ਜ਼ਰੂਰ ਔਨ ਕਰ ਲਵੋ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਬਾਰੇ ਤੁਹਾਨੂੰ ਉਸੇ ਸਮੇਂ ਪਤਾ ਲੱਗ ਸਕੇ। ਸੋ ਦੋਸਤੋ, ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ। ਮਿਲਦੇ ਹਾਂ ਬਹੁਤ ਜਲਦ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਉਨੇ ਸਮੇਂ ਤੱਕ ਲਈ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।